ਲੋਕ ਜਿਹੜੇ ਨੇ ਉਹ ਬਹੁਤ ਢੋਲ ਨਗਾੜੇ ਵਜਾ ਰਹੇ ਨੇ, ਲੱਡੂ ਵੰਡ ਕੇ ਵੀ ਖੁਸ਼ੀਆਂ ਮਨਾ ਰਹੇ ਨੇ, ਤੁਸੀਂ ਇਹ ਕਿਸ ਤਰ੍ਹਾਂ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ? ਜਿਹੜੇ ਦੇਸ਼ ਦੇ ਵਿੱਚ ਇੱਕ 6 ਮਹੀਨੇ ਦੀ ਬੱਚੀ ਵੀ ਸੁਰੱਖਿਅਤ ਨਾ ਹੋਵੇ, ਉਹ ਵੀ ਰੇਪ ਦਾ ਸ਼ਿਕਾਰ ਹੋ ਰਹੀ ਹੈ, ਇੱਕ 75 ਸਾਲ ਦੀ ਬਜ਼ੁਰਗ ਵੀ ਸ਼ਿਕਾਰ ਹੋ ਰਹੀ ਹੈ ਰੇਪ ਦੀ, ਉਹਦੇ ਵਿੱਚ ਕੀ ਢੋਲ ਨਗਾੜੇ ਵਜਾਉਣੇ ਬਣਦੇ ਹੈ? ਉਹਨਾਂ ਨੇ ਉਹਨਾਂ ਨੂੰ ਐਨਕਾਊਂਟਰ ਦੇ ਵਿੱਚ ਮਾਰ ਗਿਰਾਇਆ, ਉਹਨਾਂ 4 ਦੋਸ਼ੀਆਂ ਨੂੰ। ਲੇਕਿਨ ਇਹੋ ਜਿਹੀਆਂ ਹਜ਼ਾਰਾਂ ਅਜੇ ਪ੍ਰਿਯੰਕਾ ਰੈਡੀ ਪੂਰੇ ਦੇਸ਼ ਦੇ ਵਿੱਚ ਉਸ ਆਪਣੇ ਇਨਸਾਫ ਦੀ ਵੇਟ ਕਰ ਰਹੀਆਂ ਨੇ ਜਿਹੜੀਆਂ ਕਿ ਕਈ ਸਾਲਾਂ ਤੋਂ ਰੇਪ ਦਾ ਸ਼ਿਕਾਰ ਹੋਈਆਂ ਨੇ। ਹੈਦਰਾਬਾਦ ਵਿੱਚ ਡਾਕਟਰ ਪ੍ਰਿਯੰਕਾ ਰੈਡੀ ਦੇ ਰੇਪ ਤੋਂ ਬਾਅਦ, ਉਹਨੂੰ ਜਲਾਉਣ ਦੇ ਬਾਅਦ ਜਿਹੜਾ 4 ਕਲਪਿਟ ਸੀਗੇ, ਅੱਜ ਉਹਦਾ ਐਨਕਾਊਂਟਰ ਕਰ ਦਿੱਤਾ ਗਿਆ। ਹਾਲਾਂਕਿ 10 ਦਿਨ ਦਾ ਸਮੇਂ ਜਿਹੜਾ ਸੀਗਾ ਉਹ ਇਸ ਚੀਜ਼ ਨੂੰ ਲੱਗਾ ਆ, ਲੇਕਿਨ ਕਈ ਇਸ ਤਰ੍ਹਾਂ ਦੀਆਂ ਹਜੇ ਵੀ ਪ੍ਰਿਯੰਕਾ ਰੈਡੀਜ਼ ਨੇ ਜਿਨ੍ਹਾਂ ਨੂੰ ਇਨਸਾਫ ਨਹੀਂ ਮਿਲ ਪਾਇਆ। ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਵੱਲੋਂ ਇੱਕ ਛੋਟੀ ਜੀ ਔਰ ਬਹੁਤ ਵਧੀਆ ਮੈਸੇਜ ਜਿਹੜਾ ਆ ਉਹ ਇੱਕ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਤੁਸੀਂ ਦੇਖ ਸਕਦੇ ਹੋ ਕਿ ਇੱਕ ਕਟਆਊਟ ਬਣਾਇਆ ਗਿਆ ਜਿਹਦੇ ਵਿੱਚ ਲਿਖਿਆ ਗਿਆ, ਔਰਤ ਦੀ ਸੁਰੱਖਿਆ ਜ਼ਰੂਰੀ ਹੈ ਔਰ ਸਟੋਪ ਵਾਇਲੈਂਸ ਅਗੇਂਸਟ ਵੂਮੈਨ। ਕਿਉਂਕਿ ਜਿੰਨੀਆਂ ਵੀ ਮਹਿਲਾਵਾਂ ਨੇ ਉਹ ਆਪਣੇ ਆਪ ਨੂੰ ਅਨਕੰਫਰਟੇਬਲ ਫੀਲ ਕਰਦੀਆਂ ਨੇ ਜਦੋਂ ਵੀ ਕਿਸੇ ਭੀੜ ਭਾੜ ਵਾਲੇ ਇਲਾਕੇ ਜਾਂਦੀਆਂ ਨੇ। ਔਰ ਜੋ ਸਰਕਾਰੀ ਅੰਕੜਾ ਵੀ ਦੱਸਿਆ ਜਾਂਦਾ ਆ ਕਿ ਹਰ ਇੱਕ 20 ਮਿੰਟ ਬਾਅਦ ਹਿੰਦੁਸਤਾਨ ਦੇ ਵਿੱਚ ਇੱਕ ਲੜਕੀ ਜਿਹੜੀ ਆ ਉਹ ਰੇਪ ਦਾ ਸ਼ਿਕਾਰ ਹੁੰਦੀ ਹੈ, ਲੇਕਿਨ ਕਿਤੇ ਨਾ ਕਿਤੇ ਅੱਜ ਕੁਛ ਜਿਹੜਾ ਆ ਉਹ ਜਿਹੜਾ ਲੋਕਾਂ ਨੂੰ ਜਿਹੜਾ ਸਾਹ ਮਿਲਿਆ ਆ ਔਰ ਜਿਹੜੇ ਇਸ ਤਰ੍ਹਾਂ ਦੇ ਕਲਪ੍ਰਿਟ ਨੇ ਉਹਨਾਂ ਨੂੰ ਐਨਕਾਊਂਟਰ ਕੀਤਾ ਗਿਆ। ਹਾਲਾਂਕਿ ਪੁਲਿਸ ਦਾ ਕਹਿਣਾ ਇਹੀ ਹੈ ਕਿ ਉਹਨਾਂ ਨੇ ਉੱਥੋਂ ਭੱਜਣ ਦੀ ਜਿਹੜੀ ਕੋਸ਼ਿਸ਼ ਕੀਤੀ ਉਸ ਭੱਜਣ ਦੀ ਕੋਸ਼ਿਸ਼ ਵਿੱਚ ਉਹਨਾਂ ਨੂੰ ਐਨਕਾਊਂਟਰ ਕੀਤਾ ਗਿਆ। ਅਗਰ ਤੁਸੀਂ ਇਸ ਕਲਪ ਦੇਖੋਗੇ ਤਾਂ ਬਿਲਕੁਲ ਹੀ ਛੋਟਾ ਜਿਹਾ ਕਟਆਊਟ ਬਣਾਇਆ ਗਿਆ ਜਿਹਦੇ ਵਿੱਚ ਸਟੋਪ ਰੇਪਸ ਲਿਖਿਆ ਗਿਆ, ਹੈਂਗਿੰਗ ਦਾ ਰੇਪਸਟ ਲਿਖਿਆ ਗਿਆ, ਸਟੋਪ ਅਗੇਂਸਟ ਵਾਇਲੈਂਸ ਲਿਖਿਆ ਗਿਆ ਵੂਮੈਨ। ਕਿਉਂਕਿ ਇਹ ਵੂਮੈਨਸ ਜਿਹੜੀਆਂ ਨੇ ਔਰ ਮਾਤਾ ਜਿਹੜੀਆਂ ਮਹਿਲਾਵਾਂ ਨੇ ਉਹ ਕਿਤੇ ਨਾ ਕਿਤੇ ਆਪਣੇ ਆਪ ਨੂੰ ਅਨਕੰਫਰਟੇਬਲ ਫੀਲ ਕਰਦੀਆਂ ਨੇ। ਗੁਰਪ੍ਰੀਤ ਜੀ, ਕੀ ਕਹਿਣਾ ਚਾਹੋਗੇ? ਇੱਕ ਕਟਆਊਟ ਬਣਾਇਆ ਗਿਆ ਤੁਹਾਡੇ ਵੱਲੋਂ ਔਰ ਇਹਦੇ ਵਿੱਚ ਜਿਹੜੇ ਮੈਸੇਜ ਦਿੱਤਾ ਗਿਆ ਆ ਉਹ ਕਿਸ ਚੀਜ਼ ਨੂੰ ਲੈ ਕੇ ਮੈਸੇਜ ਦਿੱਤਾ ਗਿਆ? ਹਾਲਾਂਕਿ ਸਾਫ ਦਿਖ ਰਿਹਾ ਕਿ ਵੂਮੈਨਸ ਦੀ ਜਿਹੜੀਆਂ ਰੇਪ ਹੋ ਰਹੇ ਉਹਨੂੰ ਲੈ ਕੇ ਆ, ਲੇਕਿਨ ਲੋਕ ਜਿਹੜੇ ਨੇ ਉਹ ਬਹੁਤ ਢੋਲ ਨਗਾੜੇ ਵਜਾ ਰਹੇ ਨੇ, ਲੱਡੂ ਵੰਡ ਕੇ ਵੀ ਖੁਸ਼ੀਆਂ ਮਨਾ ਰਹੇ ਨੇ, ਤੁਸੀਂ ਇਹ ਕਿਸ ਤਰ੍ਹਾਂ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ? ਮੈਂ ਜੀ ਆਪਣਾ ਮੈਸੇਜ ਇੱਥੋਂ ਸ਼ੁਰੂਆਤ ਕਰਦਾ ਹਾਂ ਕਿ ਜਿਹੜੇ ਦੇਸ਼ ਦੇ ਵਿੱਚ ਸਾਰੇ ਲੋਕਾਂ ਦੀ ਨਹੀਂ, ਕੁਝ ਕੁ ਲੋਕਾਂ ਦੀ ਸੋਚ ਇੰਨੀ ਅਪੱਧਰ ਅਤੇ ਇੰਨੀ ਗੰਦੀ ਹੋ ਚੁੱਕੀ ਹੋਵੇ, ਇੰਨੀ ਮੈਲੀ ਹੋ ਚੁੱਕੀ ਹੋਵੇ ਜਿਹੜੇ ਦੇਸ਼ ਦੇ ਵਿੱਚ ਇੱਕ 6 ਮਹੀਨੇ ਦੀ ਬੱਚੀ ਵੀ ਸੁਰੱਖਿਅਤ ਨਾ ਹੋਵੇ, ਉਹ ਵੀ ਰੇਪ ਦਾ ਸ਼ਿਕਾਰ ਹੋ ਰਹੀ ਹੈ, ਇੱਕ 75 ਸਾਲ ਦੀ ਬਜ਼ੁਰਗ ਵੀ ਸ਼ਿਕਾਰ ਹੋ ਰਹੀ ਹੈ ਰੇਪ ਦੀ, ਉਹਦੇ ਵਿੱਚ ਕੀ ਢੋਲ ਨਗਾੜੇ ਵਜਾਉਣੇ ਬਣਦੇ ਹੈ? ਜੇ ਆਪਾਂ ਕਹੀਏ ਕਿ ਹਰ ਇੱਕ ਸ਼ਹਿਰ ਦੇ ਵਿੱਚ ਹਜ਼ਾਰਾਂ ਦੀ ਤਾਦਾਦ 'ਚ ਰੇਪ ਕੇਸਿਸ ਹੁੰਦੇ ਨੇ ਕਈ ਸਾਲਾਂ ਦੇ ਵਿੱਚ, ਅਤੇ ਅਗਰ ਅੱਜ ਐਨਕਾਊਂਟਰ ਦੇ ਜ਼ਰੀਏ, ਮੈਂ ਇਸ ਗੱਲ ਲਈ ਉਹਨਾਂ ਦਾ ਧੰਨਵਾਦੀ ਹਾਂ, ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਬਹਾਦਰੀ ਦਾ ਇੱਕ ਸੰਦੇਸ਼ ਦਿੰਦਿਆਂ ਹੋਇਆ ਦੁਨੀਆ ਦੇ ਵਿੱਚ ਕਿ ਇੱਕ ਜਸਟਿਸ ਵੀ ਕਿਸੇ ਚੀਜ਼ ਦਾ ਨਾਮ ਹੈ, ਉਹਨਾਂ ਨੇ ਉਹਨਾਂ ਨੂੰ ਐਨਕਾਊਂਟਰ ਦੇ ਵਿੱਚ ਮਾਰ ਗਿਰਾਇਆ ਉਹਨਾਂ 4 ਦੋਸ਼ੀਆਂ ਨੂੰ। ਲੇਕਿਨ ਇਹੋ ਜਿਹੀਆਂ ਹਜ਼ਾਰਾਂ ਅਜੇ ਪ੍ਰਿਯੰਕਾ ਰੈਡੀ ਪੂਰੇ ਦੇਸ਼ ਦੇ ਵਿੱਚ ਉਸ ਆਪਣੇ ਇਨਸਾਫ ਦੀ ਵੇਟ ਕਰ ਰਹੀਆਂ ਨੇ ਜਿਹੜੀਆਂ ਕਿ ਕਈ ਸਾਲਾਂ ਤੋਂ ਰੇਪ ਦਾ ਸ਼ਿਕਾਰ ਹੋਈਆਂ ਨੇ। ਕਈਆਂ 'ਤੇ ਤੇਜ਼ਾਬ ਪਾ ਦਿੱਤਾ ਜਾਂਦਾ ਅਤੇ ਕਿਸੇ ਨੂੰ ਮਾਰ ਦਿੱਤਾ ਜਾਂਦਾ, ਕਿਸੇ ਨੂੰ ਅੱਖਾਂ ਦੇ ਉੱਤੇ ਕੁਛ ਪਾ ਦਿੱਤਾ ਜਾਂਦਾ ਕੈਮੀਕਲ ਕਿ ਉਹ ਹਮੇਸ਼ਾ ਲਈ ਅੰਨੀਆਂ ਹੋ ਜਾਂਦੀਆਂ ਨੇ। ਅੱਜ ਹਜ਼ਾਰਾਂ ਦੀ ਤਾਦਾਦ 'ਚ ਦੇਸ਼ ਦੇ ਵਿੱਚ ਹੋਰ ਪ੍ਰਿਯੰਕਾ ਬੈਠੀਆਂ ਨੇ, ਜਿਸ ਦਿਨ ਉਹਨਾਂ ਨੂੰ ਇਨਸਾਫ ਮਿਲੂਗਾ ਉਸ ਦਿਨ ਅਸੀਂ ਖੁਦ ਢੋਲ ਵਜਵਾਵਾਂਗੇ ਅਤੇ ਲੱਡੂ ਵੀ ਵੰਡਵਾਵਾਂਗੇ। ਤੁਸੀਂ ਕਿਸ ਤਰ੍ਹਾਂ ਟ੍ਰਿਬਿਊਟ ਦੇ ਰਹੇ ਹੋ
ਉਸ ਪ੍ਰਿੰਕਾ ਰੈਡੀ ਨੂੰ ਔਰ ਕੀ ਕਿਉਂ ਤੁਸੀਂ ਇਹ ਸਾਰਾ ਕੁਛ ਤਿਆਰ ਕਰਵਾਇਆ ਔਰ ਤੁਸੀਂ ਸਪੈਸ਼ਲ ਹਾਈਲਾਈਟ ਵੀ ਕੀਤਾ ਹੈਂਗ ਦਾ ਰੇਪਿਸਟ ਨੂੰ ਲੈ ਕੇ? ਬਿਲਕੁਲ ਜੀ, ਜਿੱਥੇ 4 ਦੋਸ਼ੀਆਂ ਨੂੰ ਐਨਕਾਊਂਟਰ ਕਰ ਦਿੱਤਾ ਗਿਆ, ਮੈਂ ਅੱਜ ਵੀ ਇਹ ਸ਼ਲਾਘਾ ਜੋ ਕਦਮ ਮੰਨਦਾ ਕਿਤੇ ਨਾ ਕਿਤੇ ਪਰਿਵਾਰ ਨੂੰ, ਪ੍ਰਿਯੰਕਾ ਰੈਡੀ ਜੋ ਡਾਕਟਰ ਸੀਗੇ ਲੜਕੀ, ਉਹਨਾਂ ਨੂੰ ਇਨਸਾਫ ਮਿਲਿਆ, ਲੇਕਿਨ ਉਹਨਾਂ ਦੀ ਬੱਚੀ ਵਾਪਸ ਨਹੀਂ ਆਈ, ਨਾ ਹੀ ਉਹ ਆਉਣੀ ਹੈ। ਅਤੇ ਲੇਕਿਨ ਐਡਾ ਕੋਈ ਵਿਸ਼ਾ ਨਹੀਂ ਬਣਿਆ ਕਿ ਅਸੀਂ ਚੌਂਕਾਂ ਦੇ ਉੱਤੇ ਖਲੋ ਕੇ ਅਤੇ ਢੋਲ ਵਜਾਈਏ, ਬਰਫੀ ਵੰਡੀਏ ਅਤੇ ਲੱਡੂ ਵੰਡੀਏ ਅਤੇ ਥਾਂ ਥਾਂ 'ਤੇ ਢੋਲ ਦੇ ਨਗਾੜਿਆਂ 'ਤੇ ਥਾਪ 'ਤੇ ਨੱਚ ਰਹੇ ਹੋਈਏ। ਐਡਾ ਵੀ ਆਪਾਂ ਕੋਈ ਕੱਦੂ 'ਚ ਤੀਰ ਨਹੀਂ ਮਾਰਤਾ, ਕਿਉਂਕਿ ਦੇਸ਼ ਦੇ ਵਿੱਚ ਹਜ਼ਾਰਾਂ ਦੀ ਤਾਦਾਦ 'ਚ ਬੱਚੀਆਂ, ਬੇਟੀਆਂ, ਮਾਤਾਵਾਂ, ਭੈਣਾਂ ਬੈਠੀਆਂ ਨੇ ਜਿਹੜੀਆਂ ਕਿ ਆਪਣੇ ਨਾਲ ਹੋਏ ਅੱਤਿਆਚਾਰ ਦੀ ਦੇ ਜਸਟਿਸ ਲਈ, ਇਨਸਾਫ ਲਈ ਵੇਟ ਕਰ ਰਹੀਆਂ ਨੇ। ਤੁਸੀਂ ਕੀ ਤਿਆਰ ਕੀਤਾ ਗਿਆ, ਤੁਹਾਡੇ ਵੱਲੋਂ ਕੀ ਕਟਆਊਟ ਦੇ ਵਿੱਚ ਤਿਆਰ ਕੀਤਾ ਗਿਆ? ਬਿਲਕੁਲ ਜੀ, ਅੱਜ ਮੈਂ ਕਟਆਊਟ ਦਿਖਾ ਰਿਹਾ, ਇਹਦੇ ਵਿੱਚ ਸਟੋਪ ਵਾਇਲੈਂਸ, ਇੱਕ ਲੜਕੀ ਹੈ, ਇੱਕ ਦੁਹਾਈ ਪਾ ਰਹੀ ਹੈ ਕਿ ਮੈਨੂੰ ਤੁਸੀਂ ਰੇਪ ਨਾ ਕਰੋ, ਮੇਰੀ ਜਾਨ ਬਖਸ਼ੋ, ਮੈਨੂੰ ਫਰੀਡਮ ਚਾਹੀਦੀ ਹੈ, ਮੈਨੂੰ ਇਸ ਦੇਸ਼ 'ਚ ਸੇਫਟੀ ਨਾਲ ਜੀਣ ਦਾ ਅਧਿਕਾਰ ਦਿਵੋ। ਇਸ ਕਰਕੇ ਲਿਖਿਆ, ਔਰਤ ਦੀ ਸੁਰੱਖਿਆ ਜ਼ਰੂਰੀ ਹੈ, ਸਟੋਪ ਵਾਇਲੈਂਸ ਅਗੇਂਸਟ ਵੂਮੈਨ। ਸੋ ਇਹ ਜੋ ਮੈਸੇਜ ਹੈ ਪੂਰੇ ਸੰਸਾਰ ਦੇ ਵਿੱਚ ਜਿੱਥੇ ਜਾਂਦਾ ਉਹਦੇ ਨਾਲ ਹੀ ਭਾਰਤ ਦੇਸ਼ ਦੇ ਵਿੱਚ ਇਹ ਬਹੁਤਾਤ, ਕਿਉਂਕਿ ਭਾਰਤ ਦੇ ਵਿੱਚ ਅਨੇਕਾਂ ਪ੍ਰਾਂਤਾਂ ਦੇ ਵਿੱਚ ਤੁਹਾਨੂੰ ਅਕਸਰ ਕੋਈ ਨਾ ਕੋਈ ਖਬਰ ਆਉਂਦੀ ਹੈ, ਜਿਵੇਂ ਕਿ ਹੁਣੇ ਤੁਸੀਂ ਜ਼ਿਕਰ ਕੀਤਾ। ਅਗਰ ਅੰਕੜੇ ਕਿਸੇ ਹੱਦ ਤਾਂ ਅਸੀਂ ਚੈੱਕ ਕਰਕੇ ਦੇਖੀਏ, ਭਾਰਤ ਦੇ ਵਿੱਚ ਹਰ 20 ਮਿੰਟ ਦੇ ਵਿੱਚ ਇੱਕ ਰੇਪ ਹੁੰਦਾ, ਅਤੇ ਕੀ ਇੱਕ ਰੇਪ ਦਾ ਇਨਸਾਫ ਮਿਲਣ ਨਾਲ ਅਸੀਂ ਇੰਨੇ ਜੋਗੇ ਹੋ ਗਏ ਕਿ ਚੌਂਕਾਂ 'ਤੇ ਖਲੋ ਕੇ ਢੋਲ ਵਜਾਈਏ ਅਤੇ ਨਗਾੜਿਆਂ ਦੀ ਥਾਪ 'ਤੇ ਨੱਚੀਏ ਅਤੇ ਬਰਫੀਆਂ ਲੱਡੂ ਵੰਡੀਏ? ਕਿਉਂਕਿ ਉਹ ਸਬੱਬ, ਉਹ ਮਾਹੌਲ ਉਦੋਂ ਬਣੇਗਾ ਜਦੋਂ ਹਰ ਇੱਕ ਨੂੰ ਜਸਟਿਸ ਮਿਲਣਾ ਸ਼ੁਰੂ ਹੋ ਗਿਆ, ਅਤੇ ਉਹ ਉਦੋਂ ਤੱਕ ਨਹੀਂ ਹੋਏਗਾ ਜਦੋਂ ਮਾਣਯੋਗ ਸੁਪਰੀਮ ਕੋਰਟ ਅਤੇ ਦੇਸ਼ ਦਾ ਪ੍ਰਸ਼ਾਸਨ ਇਹਨਾਂ ਚੀਜ਼ਾਂ 'ਤੇ ਸਖਤ ਕਦਮ ਚੁੱਕ ਕੇ ਉਹਨਾਂ ਦੇ ਖਿਲਾਫ਼ ਸਖਤ ਆਦੇਸ਼ ਨਹੀਂ ਦਿੰਦਾ ਕਿ ਜਿਹੜਾ ਵੀ ਰੇਪ ਕਰੇਗਾ ਜਾਂ ਬੁਰੀ ਨਜ਼ਰ ਨਾਲ ਦੇਖ ਵੀ ਲਏਗਾ ਜਾਂ ਬੁਰੀ ਹਰਕਤ ਵੀ ਕਰੇਗਾ, ਉਸ ਨੂੰ ਇਸ ਤਰ੍ਹਾਂ ਦੀ ਸਖਤ ਜੋ ਹੈ ਸਜ਼ਾ ਦਿੱਤੀ ਜਾਏਗੀ। ਜਦੋਂ ਤਾਈਂ ਇਹੋ ਜਿਹੇ ਕਾਨੂੰਨ ਨਹੀਂ ਬਣਦੇ, ਦੇਸ਼ ਦੇ ਵਿੱਚ ਰੇਪ ਰੋਕ ਨਹੀਂ ਸਕਦੇ। ਕਿਆ ਲੱਗਦਾ ਨਹੀਂ ਕਿ ਜਿਹੜੀ ਸਜ਼ਾ ਦਿੱਤੀ ਗਈ ਹੈ ਇਹਦੇ ਨਾਲ ਕੁਛ ਤਾਂ ਕੁਛ ਤਾਂ ਠੱਲ ਪਏਗੀ? ਬਿਲਕੁਲ, ਠੱਲ ਜ਼ਰੂਰ ਪਏਗੀ। ਇਹ ਕਦਮ ਵੀ ਸ਼ਲਾਘਾਯੋਗ ਹੈ, ਮੈਂ ਇਸ ਕਦਮ ਨੂੰ ਨਕਾਰਦਾ ਨੀਗਾ, ਬਹੁਤ ਅੱਛਾ ਕਦਮ ਉਠਾਇਆ ਕਿ ਔਨ ਦਾ ਸਪੋਟ, ਫੈਸਲਾ ਔਨ ਦਾ ਸਪੋਟ ਹੋ ਗਿਆ, ਚਲੋ 10 ਦਿਨਾਂ ਬਾਅਦ ਹੋ ਗਿਆ, ਲੇਕਿਨ ਠੱਲ ਜ਼ਰੂਰ ਪਏਗੀ। ਲੇਕਿਨ ਇਹਨੂੰ ਕਿਤੇ ਨਾ ਕਿਤੇ ਸੁਪਰੀਮ ਕੋਰਟ ਦਾ ਆਰਡਰ ਨਹੀਂ ਕਹਿ ਸਕਦੇ। ਆਰਡਰ ਤਾਂ ਮੈਂ ਬਣਦਾ ਸੀ ਕਿ ਆਹ ਜੋ ਮੈਸੇਜ ਹੈ ਹੈਂਗ ਦਾ ਰੇਪਿਸਟ, ਇੱਕ ਪਰਮਾਨੈਂਟ ਇੱਕ ਕਾਨੂੰਨ ਬਣਨਾ ਚਾਹੀਦਾ ਕਿ ਜਿਹੜਾ ਦੋਸ਼ੀ ਹੈਗਾ ਅਗਰ ਇਸ ਤਰ੍ਹਾਂ ਦਾ ਦੋਸ਼ ਕਰਦਾ ਤਾਂ ਉਹਨੂੰ ਤੁਰੰਤ ਹਫ਼ਤੇ, 2 ਦਿਨਾਂ ਦੇ ਵਿੱਚ, 5 ਦਿਨਾਂ ਦੇ ਵਿੱਚ ਸਰੇਆਮ ਚੌਂਕ 'ਤੇ ਖਿਲਾਰ ਕੇ ਰੇਪ ਦੀ ਸਜ਼ਾ ਦੇਣੀ ਚਾਹੀਦੀ ਹੈ ਅਤੇ ਫਾਂਸੀ 'ਤੇ ਚਾੜਿਆ ਜਾਵੇ, ਜਾਂ ਬਣਦੀ ਜੋ ਹੈ ਇਹੋ ਜਿਹੀ ਸਜ਼ਾ ਦਿੱਤੀ ਜਾਵੇ ਜਿਹਨੂੰ ਵੇਖ ਕੇ ਹਰ ਇੱਕ ਮਨੁੱਖ ਕੰਬ ਜਾਵੇ ਕਿ ਮੈਂ ਇਹੋ ਜਿਹੀ ਨਹੀਂ ਸੋਚਣਾ, ਨਾ ਹੀ ਇਹੋ ਜਿਹਾ ਕਰਨਾ। ਤੁਸੀਂ ਇਹ ਕਿਹੜੀ ਚੀਜ਼ ਦੀ ਵਰਤੋਂ ਕੀਤੀ ਹੈ ਔਰ ਇਹ ਕਿੰਨਾ ਕੁ ਸਮਾਂ ਲੱਗਾ ਤੁਹਾਨੂੰ? ਬਿਲਕੁਲ ਜੀ, ਇਹ ਪੇਪਰ ਆਰਟ ਨਾਲ ਮੈਂ ਤਿਆਰ ਕੀਤਾ ਅਤੇ ਤਕਰੀਬਨ 1.5 ਦੇ ਵਿੱਚ ਦਿਨ ਦੇ ਵਿੱਚ ਬਣਾਇਆ, ਅਤੇ ਵੇਟ ਜੋ ਹੈ ਇਹਦਾ ਸਿਰਫ 100 ਗ੍ਰਾਮ ਦੇ ਕਰੀਬ ਹੈ। ਇਹ ਸਨ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ, ਜਿਨ੍ਹਾਂ ਵੱਲੋਂ ਇੱਕ ਛੋਟਾ ਜਿਹਾ ਮੈਸੇਜ ਜਿਹੜਾ ਆ ਉਹ ਦਿੱਤਾ ਜਾ ਰਿਹਾ ਆ ਕਿ ਜਿਹੜੀਆਂ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਜਿਹੜੇ ਸਖਤ ਕਾਨੂੰਨ ਜਿਹੜੇ ਆ ਉਹ ਬਣਨੇ ਚਾਹੀਦੇ ਆ ਔਰ ਜਿਹੜੇ ਰੇਪਿਸਟ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਨੇ। ਹਾਲਾਂਕਿ ਉਹਨਾਂ ਦਾ ਕਹਿਣਾ ਇਹ ਵੀ ਹੈ ਕਿ ਕਈ ਹਜ਼ਾਰਾਂ ਪ੍ਰਿੰਕਾ ਰੈਡੀਜ਼ ਹੈਗੀਆਂ ਨੇ ਜਿਨ੍ਹਾਂ ਨੂੰ ਇਨਸਾਫ ਨਹੀਂ ਮਿਲ ਪਾਇਆ ਔਰ ਉਹ ਚਾਹੁੰਦੇ ਨੇ ਕਿ ਜਦੋਂ ਉਹਨਾਂ ਨੂੰ ਇਨਸਾਫ ਮਿਲੇ ਤਾਂ ਉਹ ਖੁਦ ਜਿਹੜੇ ਚੌਂਕ ਦੇ ਵਿੱਚ ਖਲੋ ਕੇ ਲੋਕ ਭੰਗੜੇ ਪਾ ਰਹੇ ਨੇ, ਮਿਠਾਈਆਂ ਵੰਡ ਰਹੇ ਨੇ, ਉਹ ਖੁਦ ਵੀ ਇਹ ਉਹਨਾਂ ਦਾ ਸਾਥ ਦੇਣਗੇ, ਲੇਕਿਨ ਜਸਟਿਸ ਜਿਹੜਾ ਆ ਉਹ ਕਾਫੀ ਦੂਰ ਪਿਆ ਆ। ਹਾਲਾਂਕਿ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਅਗਰ ਸਰਕਾਰਾਂ ਚਾਹੁਣ ਜਾਂ ਗਵਰਨਮੈਂਟ ਚਾਹੇ ਜਾਂ ਕੋਰਟ ਚਾਹੇ ਤਾਂ ਇਹਦਾ ਫੈਸਲਾ 1 ਮਿੰਟ ਤੋਂ ਪਹਿਲਾਂ ਵੀ ਹੋ ਸਕਦਾ ਹੈ, ਕਿਉਂਕਿ ਲੋਕ ਜਿਹੜੇ ਨੇ ਅੱਜ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਕੋਰਟ ਕਚਹਿਰੀਆਂ 'ਚ ਧੱਕੇ ਖਾ ਰਹੇ ਨੇ ਔਰ ਆਪਣੇ ਇਨਸਾਫ ਦੀ ਜਿਹੜੀ ਆ ਗੁਹਾਰ ਲਗਾ ਰਹੇ ਨੇ। ਗੁਰਪ੍ਰੀਤ ਸਿੰਘ, ਪੰਜਾਬ ਟੂਡੇ, ਅੰਮ੍ਰਿਤਸਰ।
ਜੀ ਸਰ।